ਭਵਾਨੀਗੜ੍ਹ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਭਵਾਨੀਗੜ੍ਹ ਨੇੜੇ ਜ਼ੀਰਕਪੁਰ ਬਠਿੰਡਾ ਨੈਸ਼ਨਲ ਹਾਈਵੇ ਅਤੇ ਪਿੰਡ ਕਾਲਾ ਝਾੜ ਨੇੜੇ ਲੱਗਿਆ ਟੋਲ ਪਲਾਜ਼ਾ ਮੰਗਲਵਾਰ ਨੂੰ ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ। ਇੱਥੇ ਟੋਲ ਬੂਥਾਂ 'ਤੇ ਕੰਮ ਕਰਦੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਵਾਹਨ ਚਾਲਕਾਂ ਨੂੰ ਮੋੜਨ ਲਈ ਟੋਲ ਪ੍ਰਬੰਧਕਾਂ ਉੱਪਰ ਨਕਲੀ ਕਰੰਸੀ ਦੇਣ ਦੇ ਦੋਸ਼ ਲਗਾਏ ਨੇ, ਜਿਸ ਨੂੰ ਲੈ ਕੇ ਵਰਕਰਾਂ ਨੇ ਪੁਲਿਸ ਕਾਰਵਾਈ ਦੀ ਮੰਗ ਕਰਦਿਆਂ ਟੋਲ ਪ੍ਰਬੰਧਕਾਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਢਾਡੀ ਨੇ ਦੱਸਿਆ ਕਿ ਟੋਲ ਪ੍ਰਬੰਧਕ ਇੱਥੇ ਟੋਲ ਬੂਥਾਂ 'ਚ ਟੋਲ ਕਲੈਕਟ ਕਰਨ ਲਈ ਬੈਠਣ ਵਾਲੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਵਾਹਨ ਚਾਲਕਾਂ ਨੂੰ ਮੋੜਨ ਲਈ ਕਥਿਤ ਰੂਪ 'ਚ ਨਕਲੀ ਸਿੱਕਿਆਂ ਸਮੇਤ 100, 200 ਸਮੇਤ 500 ਰੁਪਏ ਦੇ ਨੋਟ ਦੇ ਰਹੇ ਨੇ। ਜਿਸ ਬਾਰੇ ਉਹਨਾਂ ਨੂੰ ਪਤਾ ਲੱਗਿਆ ਤਾਂ ਵਰਕਰਾਂ ਨੇ ਇਸ ਸੰਬੰਧੀ ਇੱਕ ਲਿਖਤੀ ਸ਼ਿਕਾਇਤ ਕਾਲਾ ਝਾੜ ਪੁਲਿਸ ਚੌਂਕੀ ਵਿਖੇ ਦਿੱਤੀ। ਟੋਲ ਵਰਕਰਾਂ ਦਾ ਦਾਅਵਾ ਹੈ ਕਿ ਟੋਲ ਪ੍ਰਬੰਧਕ ਜਿਸ ਕਰਮਚਾਰੀ ਰਾਹੀਂ ਦਫ਼ਤਰ ਅੰਦਰੋਂ ਬੂਥਾਂ 'ਤੇ ਚਲਾਉਣ ਲਈ ਕਥਿਤ ਨਕਲੀ ਸਿੱਕੇ ਜਾਂ ਨੋਟ ਦਿੰਦੇ ਸੀ ਨੇ ਵੀ ਉਹਨਾਂ ਕੋਲੋਂ ਇਸ ਬਾਰੇ ਮੰਨਿਆ, ਜਿਸ ਦੀ ਬਣਾਈ ਵੀਡੀਓ ਉਹਨਾਂ ਦੇ ਕੋਲ ਮੌਜੂਦ ਹੈ। ਵਰਕਰਾਂ ਨੇ ਰੋਸ ਜਤਾਉਂਦੇ ਆਖਿਆ ਕਿ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਗੰਭੀਰਤਾ ਨਹੀਂ ਦਿਖਾਈ ਅਤੇ ਜਦੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਮਜਬੂਰ ਹੋ ਕੇ ਉਹਨਾਂ 'ਚ ਪ੍ਰਦਰਸ਼ਨ ਕੀਤਾ ਤਦ ਕਿਤੇ ਜਾ ਕੇ ਪੁਲਿਸ ਮਾਮਲੇ ਦੀ ਜਾਂਚ ਕਰਨ ਲਈ ਰਾਜ਼ੀ ਹੋਈ। ਉੱਧਰ ਦੂਜੇ ਪਾਸੇ ਟੋਲ ਪ੍ਰਬੰਧਕਾਂ ਨੇ ਟੋਲ ਬੂਥਾਂ 'ਤੇ ਨਕਲੀ ਕਰੰਸੀ ਚਲਾਉਣ ਦੇ ਲਗਾਏ ਜਾ ਰਹੇ ਵਰਕਰਾਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੋ ਸਕਦਾ ਹੈ ਕਿ ਟੋਲ ਕਲੈਕਸ਼ਨ ਦੌਰਾਨ ਬੂਥਾਂ 'ਤੇ ਕੁਝ ਨਕਲੀ ਨੋਟ ਗ੍ਰਾਹਕਾਂ ਵੱਲੋਂ ਹੀ ਉਹਨਾਂ ਕੋਲ ਆ ਗਏ ਹੋਣ, ਜਿਸ ਨੂੰ ਲੈ ਕੇ ਵਰਕਰ ਬੇਵਜ੍ਹਾ ਹੀ ਉਹਨਾਂ ਖਿਲਾਫ਼ ਮੁੱਦਾ ਬਣਾ ਕੇ ਉਹਨਾਂ ਨੂੰ ਬਦਨਾਮ ਕਰਨ 'ਤੇ ਤੁਲੇ ਹੋਏ ਨੇ। ਮੌਕੇ 'ਤੇ ਪਹੁੰਚੇ ਕਾਲਾ ਝਾੜ ਪੁਲਿਸ ਚੌਂਕੀ ਦੇ ਇੰਚਾਰਜ SI ਨਿਰਮਲ ਸਿੰਘ ਨੇ ਆਖਿਆ ਕਿ ਵਰਕਰਾਂ ਦੀ ਇਸ ਸੰਬੰਧੀ ਸ਼ਿਕਾਇਤ ਕੱਲ੍ਹ ਰਾਤ ਹੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਅਤੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਕਲੀ ਅਸਲੀ ਕਰੰਸੀ ਦੀ ਪਛਾਣ ਲਈ ਤਕਨੀਕੀ ਮਾਹਿਰਾਂ ਦੀ ਸਲਾਹ ਲਈ ਜਾਵੇਗੀ। ਦੋਸ਼ੀ ਪਾਏ ਜਾਣ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਜਾਲੀ ਨੋਟ ਨੇ ਜੀ, ਔਰ ਮੈਨੇਜਮੈਂਟ ਵੱਲੋਂ ਸਾਨੂੰ ਦਿੱਤੇ ਜਾਂਦੇ ਨੇ ਜੀ, ਸਾਡੇ ਵਰਕਰਾਂ ਨੂੰ ਵੀ ਇੱਥੇ ਚਲਾਓ, ਉਹਨਾਂ ਨੂੰ ਅਸਲੀ ਨਕਲੀ ਨੋਟ ਲੈ ਜਾਂਦੇ ਨੇ ਜੀ, ਉਹਨਾਂ ਨੂੰ ਅਸਲੀ ਨੋਟ ਲੈ ਜਾਂਦੇ ਨੇ, ਉਹ ਤੋਂ ਨਕਲੀ ਉਹਨਾਂ ਨੂੰ ਦੇ ਜਾਂਦੇ ਨੇ ਜੀ। ਜੇ ਉਹ ਮਨਾ ਕਰਦੇ ਤਾਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਚਲਾ ਸਕਦੇ ਤਾਂ ਆਪਣਾ ਘਰ ਜਾਓ। ਸਾਡੇ 'ਤੇ ਬਹੁਤ ਟਾਈਮ ਤੋਂ ਇਹ ਮਤਲਬ ਇਹ ਧੱਕੇ ਸਾਈ ਕਰ ਰਹੇ ਨੇ ਜੀ। ਕਿੰਨੇ ਕੁ ਨੋਟ ਚੱਲਦੇ ਨੇ ਜਾਲੀ ਵਿਸ਼ੇ ਹੋਰੇ? ਇਹ ਜਾਲੀ ਪਹਿਲਾਂ ਸਿੱਕੇ ਵੀ ਬਹੁਤ ਚੱਲਦੇ ਨੇ, ਹੁਣ ਉੱਥੇ ਆਏ ਕੇ ਗੁੱਥੀ ਜੀ ਲੈ ਕੇ ਆਏ ਸੀ, ਇੰਨੇ ਸਾਰੇ ਨੋਟ ਸੀ ਜੀ ਉਹਦੇ ਕੋਲ। ਅੱਛਾ, ਹਾਂ ਜੀ, 500 ਦੇ ਵੀ ਸੀ, 200 ਦੇ ਵੀ ਸੀਗੇ ਜੀ, ਆਹ 100 ਦੇ, ਇਹ ਕੁਛ ਮਹੀਨੇ ਫੜ ਲਏ ਸੀ ਜੀ ਇਹਨਾਂ ਤੋਂ ਜੀ। ਇਹ 200 ਦਾ ਨੋਟ ਹੈ ਜੀ। ਅੱਛਾ ਜੀ, ਹਾਂ ਜੀ, ਆਹ 100 ਦਾ ਨੋਟ ਹੈ ਜੀ, ਕੁਛ 500 ਦੇ ਨੋਟ ਵੀ ਸੀਗੇ ਜੀ। ਅੱਛਾ ਜੀ, ਹਾਂਜੀ, ਅਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ? ਅਸੀਂ ਇਹੀ ਚਾਹੁੰਦੇ ਹਾਂ ਜੀ, ਮਤਲਬ ਕਿ ਜਿਹੜੀ ਇਹ ਸਾਡੇ ਨਾਲ ਧੱਕਾਸ਼ਾਹੀ ਕਰਦੇ ਹਾਂ, ਜੇ ਕਿਸੇ ਮਤਲਬ ਕਿ ਕਸਟਮਰ ਨੂੰ ਅਸੀਂ ਦੇ ਦਈਏ ਜੀ ਤਾਂ ਉਹਦਾ ਸਾਡੇ 'ਤੇ ਬਲੇਮ ਕਰੂਗਾ ਨਾ ਵੀ ਕਹਿੰਦੀ ਅਸੀਂ ਚਲਾ ਰਹੇ ਹਾਂ, ਬਾਅਦ 'ਚ ਆਪਣਾ ਇਹ ਪੱਲਾ ਝਾੜ ਲੈਣਗੇ ਜੀ। ਅਸੀਂ ਪੁਲਿਸ ਅਸੀਂ ਕੱਲ੍ਹ ਰਿਪੋਰਟ ਕਰਾ ਕੇ ਆਏ ਸੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਉਦੋਂ ਬਾਅਦ ਰਾਤ ਨੂੰ ਇਹ ਬੈਗਾਂ ਦੇ ਬੈਗ ਭਰ ਕੇ ਲੈ ਕੇ ਗਏ ਨੇ ਜੀ। ਉਹ ਸਾਨੂੰ ਉਹੀ ਸ਼ੱਕ ਹੈ ਵੀ ਉਹ ਜਿਹੜੇ ਜਾਲੀ ਨੋਟ ਦੇ ਨਾਲ ਵੀ ਉਹੀ ਲੈ ਕੇ ਗਏ ਨੇ ਜੀ। ਉਹ ਅੱਜ 12:01 ਦਾ ਟਾਈਮ ਹੋ ਰਿਹਾ ਜੀ, ਹਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ। ਉਰੋ ਅਸੀਂ ਉਰੋ ਨਾਲ ਜਾ ਕੇ ਬੂਥਾਂ 'ਚ ਪਏ ਸੀ, ਇਹ ਸਿੱਕੇ ਵੀ ਸੀ, ਆਹ ਨੋਟ ਵੀ ਦਿਖਾਏ ਨੇ ਜੀ, ਪੁਲਿਸ ਸਿੱਕੇ ਲੈ ਕੇ ਗਈ ਹੈ ਜੀ। ਰੌਲਾ ਤਾਂ ਇਹ ਹੈ ਜੀ, ਜਦੋਂ ਦੇ ਆਏ ਨੇ ਨਾ ਮੈਨੇਜਮੈਂਟ ਆਈ ਇੱਥੇ ਇਹ ਕੰਪਨੀ, ਉਸ ਦਿਨ ਦੀ ਰੌਲਾ ਚੱਲ ਰਿਹਾ ਇੱਥੇ। ਕਦੀ ਤਾਂ ਲੇਬਰ ਨਾਲ ਪੰਗੇ ਪੈਂਦੇ ਨੇ, ਕਦੀ ਇਹਨਾਂ ਨੂੰ ਕੱਢਦੇ ਨੇ, ਕਦੀ ਕੁਛ ਕਰਦੇ ਨੇ, ਕਦੀ ਇਲਾਕੇ ਨਾਲ ਤੰਗ ਕਰਦੇ ਨੇ। ਅੱਜ ਜਾਲੀ ਨੋਟਾਂ ਦਾ ਇਹਨਾਂ ਦੇ ਕਈ ਵਾਰੀ ਸ਼ਿਕਾਇਤ ਆਈ ਆ, ਪਰ ਇਹਨਾਂ ਦਾ ਮਕਸਦ ਇੱਕੋ ਹੀ ਹੈ ਵੀ ਜਾਲੀ ਨੋਟ ਲਿਆਈਏ, ਮੁੰਡਿਆਂ ਦੇ ਗਲ ਪਾਈਏ ਅਤੇ ਇਹਨਾਂ ਨੂੰ ਕੱਢੀਏ ਜਿਹੜੀ ਇੱਥੇ ਮੁੰਡੇ ਕੰਮ ਕਰ ਰਹੇ ਨੇ। ਬਹੁਤ ਵਾਰ ਇਹਨਾਂ ਦੇ ਇਲਜ਼ਾਮ ਲੱਗੇ ਨੇ, ਇਹਨਾਂ ਨੂੰ ਸਮਝਾਇਆ ਵੀ ਇੱਕੋ ਗੱਲ ਕਹਿ ਦਿੰਦੇ ਨੇ ਇਹ ਵੀ ਜਿਹੜਾ ਇਹ ਟੂਲ ਪਲੱਜਾ ਹੁਣ ਠੇਕਾ ਹੈ ਇਹ ਪ੍ਰਧਾਨ ਮੰਤਰੀ ਦਾ ਅਤੇ MP ਦਾ। ਮੌਕੇ 'ਤੇ ਤਾਂ ਲੈ ਕੇ ਗਏ, ਪੁਲਿਸ ਵੀ ਨਾਲ ਰਲੀ ਹੋਈ ਹੈ, ਇੱਥੇ ਆਉਂਦਾ ਹੀ ਉਹ ਆ ਜਿਹੜਾ ਪੁਲਿਸ ਦਾ ਉਹ ਹੈ,
ਜਿਹਨੇ ਕਮਾਉਣੇ ਹੁੰਦੇ ਨੇ ਉਹਦਾ ਲੋਕਲ ਤੰਗ ਕਰਦੇ ਨੇ ਇੱਥੇ, ਇਹ ਪੁਲਿਸ ਦਾ ਇਹੀ ਕੰਮ ਹੈ ਚੰਨੋ ਵਾਲੀ ਦਾ। ਕੀ ਮਾਮਲਾ ਜਾਲੀ ਨੋਟ ਦੇ ਸਿੱਕਾਂ ਦਾ? ਦੇਖੋ ਜਿਹੜਾ ਮਾਮਲਾ ਇਹ ਜਿਹੜੀ ਟੋਲ ਕੰਪਨੀ ਆਈ ਹੈ ਅਤੇ ਤਕਰੀਬਨ ਵਰਕਰਾਂ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਤੋਂ ਲੱਗੇ ਹੋਏ ਨੇ ਆਹ ਸਿੱਕੇ ਤਾਂ ਜਿਹੜੇ ਬਹੁਤ ਪੁਰਾਣੇ ਚੱਲਦੇ ਨੇ, ਲੇਕਿਨ ਜਿਹੜੇ ਨੋਟ ਨੇ ਜਾਲੀ ਵਰਕਰਾਂ ਨੂੰ ਧੱਕੇ ਨਾਲ ਚਲਾਉਣ ਨੂੰ ਕਹਿੰਦੇ ਨੇ। ਗੱਲ ਤਾਂ ਜਿਹੜੀ ਇੱਥੇ ਨਵੀਂ ਮਿਲੀ ਭੁਗਤ ਦੀ ਗੱਲ ਸਾਬਤ ਹੋਈ ਹੈ, ਵਰਕਰਾਂ ਨੇ ਧੱਕੇ ਨਾਲ ਨੋਟ ਲਿਜਾ ਕੇ ਜਦੋਂ ਚੌਂਕੀ ਦਿੱਤੇ, ਪਹਿਲਾਂ ਤਾਂ ਚੌਂਕੀ ਵਾਲੇ ਕਹਿੰਦੇ ਦੋ ਘੰਟੇ ਉਹਨਾਂ ਨੇ ਕੋਈ ਦਰਖਾਸਤ ਨਹੀਂ ਲਿਖੀ, ਕੱਲ੍ਹ 4 ਵਜੇ ਦੀ ਦਰਖਾਸਤ ਜਿਹੜੀ ਦਿੱਤੀ ਹੈ, ਅੱਜ 12 ਵਜੇ ਤੱਕ ਪੁਲਿਸ ਨਹੀਂ ਆਈ, ਹਾਲਾਂਕਿ ਪੁਲਿਸ ਦਾ ਬਣਦਾ ਦੀ ਵੀ 4 ਵਜੇ ਦਿੱਤੀ, ਇਹਨਾਂ ਨੂੰ ਉੱਥੇ ਬਿਠਾ ਕੇ ਉਹਨਾਂ ਦੀ ਕਵਰੀ ਕਰਕੇ ਉਹਨਾਂ ਤੋਂ ਜਾਲੀ ਨੋਟ ਚੱਕ ਕੇ ਲਿਜਾਂਦੇ। ਪੁਲਿਸ ਨੇ ਕੋਈ ਮਿਲੀ ਭੁਗਤ ਨਾਲ, ਇਹ ਵੱਡਾ ਦੇਸ਼ ਧਰੋਹ ਦਾ ਜਿਹੜਾ ਪਰਚਾ, ਬੜਾ ਵੱਡਾ ਲੋਕਾਂ ਨਾਲ ਖਿਲਵਾੜ ਕੀਤਾ ਜਾ ਰਿਹਾ। ਜਿਹੜੇ ਰਾਹਗੀਰ ਨੇ, ਅਸੀਂ ਇਹ ਬੱਚਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੇ ਰੌਲਾ ਪਾਇਆ, ਨਹੀਂ ਕੰਪਨੀ ਨਾਲ ਮਿਲ ਕੇ ਇਹ ਵੀ ਕਰੀ ਜਾਂਦੇ, ਪਰ ਇਹਨਾਂ ਨੇ ਰੌਲਾ ਪਾਉਣ 'ਤੇ ਇਹਨਾਂ ਨੇ ਕਰ, ਅਸੀਂ ਤਾਂ ਚਾਹੁੰਦੇ ਇਹ ਜਿਹੜੀ ਕਾਰਵਾਈ ਹੋਵੇ, ਜਿਹਦੀ ਵੀ ਇਹ 'ਚ ਮਿਲੀ ਭੁਗਤ ਹੈ, ਚਾਹੇ ਪੁਲਿਸ ਚੌਂਕੀ ਇੰਚਾਰਜ ਹੈ, ਜਿਹਦੀ ਵੀ ਹੈਗੀ ਹੈ, ਉਹਨਾਂ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਕਿਸੇ ਖਿਲਵਾੜ ਨਾ ਕੀਤਾ ਜਾਵੇ। ਜਾਲੀ ਨੋਟਾਂ ਦਾ ਮਾਮਲਾ, ਗੱਲ ਇਹ ਵੀ ਇੱਥੇ ਸਾਨੂੰ ਜਿਹੜੀ ਪੁਲਿਸ ਦੀ ਗੱਲ ਆਉਂਦੀ ਹੈ, ਕੋਈ ਨਹੀਂ ਅਜੇ ਅਸੀਂ ਇਨਕੁਆਇਰੀ ਕਰਦੇ ਹਾਂ ਜੀ, ਬੂਥਾਂ ਤੋਂ ਸਿੱਕੇ ਚੱਕ ਕੇ ਲੈ ਕੇ ਗਏ ਨੇ, ਹੁਣ ਬੂਥਾਂ ਤੋਂ ਕੱਲ੍ਹ ਜਵਾਕਾਂ ਨੇ ਨੋਟ ਜਾਲੀ ਦਿੱਤੇ ਨੇ, ਉਹਨਾਂ ਨੂੰ ਨੋਟ ਦਿੱਤੇ, ਉਹ ਹੁਣ ਵੀ ਕਹੀ ਜਾਂਦੇ ਵੀ ਕੋਈ ਨਹੀਂ ਅਸੀਂ ਅਜੇ ਅਫਸਰਾਂ ਨਾਲ ਰਾਇ ਕਰਦੇ ਹਾਂ ਜੀ, ਪਤਾ ਨਹੀਂ ਕਾਹਦੀ ਰਾਇ ਹੈ। ਜਿਹੜੇ ਸਾਡੇ ਟੋਲ ਪਲਾਜ਼ਾ 'ਤੇ ਇੱਥੇ ਕਰਮਚਾਰੀ ਕੰਮ ਕਰ ਰਹੇ ਨੇ, ਉਹਨਾਂ ਨੇ ਧੱਕੇ ਨਾਲ ਜਿਹੜਾ ਟੋਲ ਮੈਨੇਜਮੈਂਟ ਵੱਲੋਂ ਜਾਲੀ ਨੋਟ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ, ਜਿਹੜਾ ਉਹ ਡਰ ਤੋਂ ਕਾਰਨ, ਇਹਨਾਂ ਦੇ ਰੂਪ ਤੋਂ ਕਾਰਨ, ਇਹਨਾਂ ਦੇ ਜਿਹੜੇ ਗੁੰਡਾਗਰਦੀ ਦੇ ਕਾਰਨ ਸਾਡੇ ਵਰਕਰਾਂ ਨੇ ਕੁਝ ਨੋਟ ਚਲਾਏ ਨੇ, ਕਾਫੀ ਲੰਬੇ ਸਮੇਂ ਤੋਂ ਚਲਾ ਰਹੇ ਨੇ। ਪਰ ਗੱਲ ਹੈਰਾਨਗੀ ਦੀ ਇਹ ਹੈ ਕਿ ਪ੍ਰਸ਼ਾਸਨ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਅੱਖੇ ਮਿੱਟੀ ਕਰਕੇ ਕੁੰਭਕਰਨੀ ਨਹੀਂ ਸੁੱਤਾ ਪਏ। ਅੱਜ ਫਿਰ ਤੁਸੀਂ ਕੀ ਫੜਾਇਆ? ਅੱਜ ਅਸੀਂ ਬੂਥਾਂ ਦੇ ਵਿੱਚ ਜਿਹੜੇ ਕੁਆਇਨ ਨੇ, ਜਿਹੜੇ ਕਾਫੀ ਲੰਬੇ ਸਮੇਂ ਤੋਂ ਕਰੋੜਾਂ ਰੁਪਈਆ ਜਿਹਦੇ ਵਿੱਚ ਇਹ ਕੰਪਨੀ ਕਮਾ ਚੁੱਕੀ ਆ ਕਈ ਮਹੀਨਿਆਂ ਤੋਂ ਜਦੋਂ ਦੀ ਇਹ ਆਈ ਆ, ਕਿਉਂਕਿ ਪਹਿਲਾਂ ਵੀ ਇੱਕ ਰਾਜਪੁਰੇ ਦੀ ਲੇਡੀਜ਼ ਸੀ ਜੋ ਇਸ ਧੰਦੇ ਵਿੱਚ ਫੜੀ ਗਈ, ਸੋ ਇਹਨਾਂ ਨੂੰ ਸਾਰਾ ਪੈਸਾ ਜਿਹੜਾ 2 ਨੰਬਰ ਦਾ ਸਪਲਾਈ ਕਰਦੀ ਸੀਗੀ, ਉਹ ਤਾਂ ਜੇਲ੍ਹ 'ਚ ਬਾਗੀ, ਪਰ ਜਿਹੜੇ ਕੁਆਇਨ ਆ, ਭਾਣ ਆ, ਹਜੇ ਵੀ ਇਹਨਾਂ ਦੇ ਕੋਲ ਟੋਲ 'ਤੇ ਪਈ ਆ, ਉਹ ਚਲਾਈ ਜਾ ਰਹੀ ਹੈ। ਹਾਂਜੀ, ਉਹ ਸ਼ਰੇਆਮ ਚੱਲ ਰਹੇ ਨੇ, ਅੱਜ ਅਸੀਂ ਪ੍ਰਸ਼ਾਸਨ ਨੂੰ ਉਹ ਦਿੱਤੇ ਨੇ ਅਤੇ ਉਹ ਲੈ ਕੇ ਗਿਆ ਪ੍ਰਸ਼ਾਸਨ, ਮਜਬੂਰ ਕਰਕੇ ਉਹਨਾਂ ਨੂੰ ਕੱਢਣ ਦੀਆਂ ਧਮਕੀਆਂ ਦੇ ਕੇ ਹੋਰ ਡਰਾਮੇ ਕਰ ਰਹੇ ਨੇ ਅਤੇ ਉਹਨਾਂ ਨੂੰ ਜਿਹੜੇ ਕੁਆਇਨ ਚਲਵਾਏ ਜਾ ਰਹੇ ਨੇ। ਮੈਂ ਤਾਂ ਨਹੀਂ ਦੱਸ ਸਕਦਾ, ਇਹ ਤਾਂ ਆਪਾਂ ਦੇਖਾਂਗੇ, ਬੈਂਕ ਵਾਲੇ ਤੋਂ ਦੇਖਾਂਗੇ, ਬੁਲਾ ਲਾਂਗੇ ਉਹਨਾਂ ਨੂੰ, ਜੇ ਜਲਦੀ ਹੋਏ ਆਪਾਂ ਕਾਰਵਾਈ।